ਹੁਣ ਕਈ ਕਹਿਣਗੇ ਦੇ ਨਵੇਂ ਅਰਥ ਕਰੋ ਨਵੇਂ ਹੁਣ ਜਿਹੜੇ ਅਰਥ ਭਾਈ ਚੱਲੇ ਹੁੰਦੇ ਉਹੀ ਕਰਨੇ ਆ ਮਨ ਮੁਤਾਬਕ ਤਾਂ ਨਹੀਂ ਕੀਤੇ ਜਾਂਦੇ ਇੱਕ ਬੰਦਾ ਕਹਿੰਦਾ ਮੈਂ ਦਸਾਂ ਬਾਰਾਂ ਸਾਲਾਂ ਬਾਅਦ ਦੀਵਾਨ ਸੁਣਿਆ ਸਾਡੀ ਗੱਲ ਕਰਦਾ ਸੀ ਵੀ ਫਲਾਣੇ ਦਾ ਮੈਂ ਦੀਵਾਨ ਸੁਣਿਆ ਦਲੇਰ ਸਿੰਘ ਦਾ ਦਸਾਂ ਬਾਰਾਂ ਸਾਲਾਂ ਬਾਅਦ ਅੱਛਾ ਕਹਿੰਦਾ ਨਵੀਂ ਗੱਲ ਤਾਂ ਕੋਈ ਹੈ ਹੀ ਨਹੀਂ ਉਹੀ ਸੀ ਪੁਰਾਣੇ ਸਾਰਾ ਕੁਛ ਸਾਰਾ ਪੁਰਾਣਾ ਹੀ ਸੀ ਨਵੀਂ ਗੱਲ ਵੀ ਨਵੀਂ ਗੱਲ ਹੋਣਾ ਸੀ ਵੀ ਲੀਡਰਾਂ ਦੇ ਬਿਆਨ ਆ ਵੀ ਜਿਹੜੇ ਰੋਜ਼ ਬਦਲ ਜਾ ਗਏ ਨਵੀਂ ਗੱਲ ਨੂੰ ਅਸੀਂ ਫੋਨ ਦਾ ਨੈਟਵਰਕ ਆ ਵੀ ਅੱਜ 2G ਤੇ 3G ਤੇ ਪਰਸੋਂ ਨੂੰ 4G ਹੋ ਜਾਇਆ ਕਰੀ ਨਵੀਂ ਗੱਲ ਕਹਿੰਦੇ ਨਵੀਂ ਗੱਲ ਨਹੀਂ ਸੀ ਕੋਈ ਵੀ 2 ਸਾਲਾਂ ਬਾਅਦ ਬਦਲ ਜਾਇਆ ਕਰੀਏ ਫਿਰ ਸੁਣਨ ਨੂੰ ਤਿਆਰ ਹੈ ਬੰਦਾ ਫਿਰ ਆਉਣ ਨੂੰ ਤਿਆਰ ਹੈ ਨਹੀਂ ਕਹਿੰਦਾ ਨਹੀਂ ਤੇ ਪੁਰਾਣੀਆਂ ਹੀ ਗੱਲਾਂ ਨੇ ਪੁਰਾਣੀਆਂ ਹੀ ਜਪਜੀਤ ਸਾਹਿਬ ਵੀ ਫਿਰ ਆਖੇਗਾ ਬਹੁਤ ਪੁਰਾਣੀਆਂ ਹੋ ਗਿਆ ਬਹੁਤ ਪੁਰਾਣਾ ਹੋ ਗਿਆ ਜਪਜੀਤ ਸਾਹਿਬ ਵੀ ਬਹੁਤ ਬਾਣੀ ਤਾਂ ਕਹਿੰਦੀ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ ਸਤਿਗੁਰੂ ਸਾਹਿਬ ਦਾ ਦਰਬਾਰ ਤਾਂ ਨਿਤ ਨਵਾਂ ਹੈ ਗੁਰੂ ਕੀ ਬਾਣੀ ਤਾਂ ਨਿਤ ਨਵੀਂ ਹੈ ਗੁਰੂ ਕੀ ਵਿਚਾਰ ਤਾਂ ਨਿਤ ਨਵੀਂ ਹੈ ਇਨਸਾਨ ਉਹੀ ਹੁੰਦਾ ਜਿਹੜਾ ਆਪਣੇ ਕਹੇ ਦੇ ਉੱਤੇ ਖਲੋਤਾ ਰਵੇ ਖਲੋਤਾ ਰਵੇ ਥੋੜਾ 2 ਸਾਲਾਂ ਬਾਅਦ ਬਦਲਦਾ ਹੀ ਤੁਰਿਆ ਜਾਵੇ ਬਦਲਦਾ ਹੀ ਤੁਰਿਆ ਜਾਵੇ ਕਹੇ ਦੇ ਉੱਤੇ ਆਪਣੇ ਤੇ ਖਲੋਤਾ ਰਵੇ ਤੇ ਜਿਹੜਾ ਚੌਂਕ ਚੁਰਾਹੇ ਦੇ ਵਿੱਚ ਅੱਜ ਕੁਛ ਕਹਿ ਗਿਆ ਕੱਲ ਕੁਛ ਪਰਸੋਂ ਨੂੰ ਕੁਛ ਏਦਾਂ ਦਾ ਹੋਵੇ ਨਾ ਜਿਹੜਾ ਫਿਰ ਉਹਦੀ ਜ਼ਬਾਨ ਤੇ ਕੋਈ ਯਕੀਨ ਨਹੀਂ ਕਰਦਾ ਚੌਂਕ ਚੁਰਾਹੇ ਦੇ ਵਿੱਚ ਕਹਿਣਗੇ ਬੰਦੇ ਦਾ ਕੀ ਇਹਦੀ ਜ਼ਬਾਨ ਕੀ ਤਾਂ ਪਲ ਪਲ ਮੁੱਕਰਦਾ ਫਿਰ ਇਹਦੇ ਤੇ ਕੀ ਯਕੀਨ ਕਰਨਾ ਕੱਲ ਕੁਛ ਹੋਰ ਕਹਿੰਦਾ ਸੀ ਅੱਜ ਕੁਛ ਹੋਰ ਕਹਿੰਦਾ ਜੇ ਆ ਕਹਿ ਗਿਆ ਤੇ ਕੱਲ ਨੂੰ ਕੀ ਪਤਾ ਮੁੱਕਰ ਜਾਵੇ ਪਲ ਪਲ ਮੁੱਕਰਦਾ ਫਿਰ ਸੋ ਪਿਆਰਿਓ ਜੋ ਗੁਰੂ ਦੇ ਸਿਧਾਂਤ ਚੱਲੇ ਆਉਂਦੇ ਹੈ ਜਿੰਨਾ ਚਿਰ ਪ੍ਰਚਾਰ ਕਰਾਂਗੇ ਉਹਨਾਂ ਦੇ ਉੱਤੇ ਹੀ ਪਹਿਰਾ ਦੇਵਾਂਗੇ ਉਹਨਾਂ ਦੇ ਉੱਤੇ ਸੰਗਤ ਘੱਟ ਸੁਣੇ ਵੱਧ ਸੁਣੇ ਥੋੜੇ ਆਉਣ ਨਾ ਆਉਣ ਉਹਦੇ ਨਾਲ ਕੋਈ ਸੰਬੰਧ ਨਹੀਂ ਉਹਦੇ ਨਾਲ ਕੋਈ ਸੰਬੰਧ ਨਹੀਂ ਇਹ ਖਿਆਲ ਕਰੀਏ ਵੀ ਜੇ ਆਹ ਗੱਲ ਆਪਾਂ ਕਹੀ ਤੇ ਬਹੁਤੇ ਆਉਣ ਲੱਗ ਜਾਣਗੇ ਬਹੁਤੇ ਇਕੱਠੇ ਹੋਣ ਲੱਗ ਜਾਣਗੇ ਬਹੁਤੇ ਤਾਂ ਗਾਉਣ ਵਾਲਿਆਂ ਦੇ ਮਗਰ ਵੀ ਬਥੇਰੇ ਇਕੱਠੇ ਹੋ ਜਾਂਦੇ ਇਕੱਠੇ ਤਾਂ ਭਾਈ ਆ ਪਖੰਡੀ ਗੁਰੂਆਂ ਦੇ ਮਗਰ ਵੀ ਬਥੇਰੀ ਦੁਨੀਆਂ ਇਕੱਠੀ ਹੋਈ ਤੇ ਬੜੇ ਇਕੱਠੇ ਹੋ ਗਏ ਖੇਡਾਂ ਟੂਰਨਾਮੈਂਟ ਵਿੱਚ ਵੀ ਬਹੁਤ ਇਕੱਠੇ ਹੋ ਜਾਂਦੇ ਵੀ ਆਹ ਗੱਲ ਕਰਾਂਗੇ ਇਕੱਠੇ ਹੋ ਜਾਣਗੇ ਗੱਲ ਤੋਂ ਮੁਕਰਨਾ ਗੱਲ ਨੂੰ ਛੱਡਣਾ ਬਹੁਤ ਸੌਖਾ ਹੈ ਕਿਸੇ ਚੀਜ਼ ਦੇ ਮਨ ਮੁਤਾਬਕ ਅਰਥ ਕਰ ਦੇਣੇ ਮਨ ਮੁਤਾਬਕ ਹੁਣ ਵੱਡੇ ਵੱਡੇ ਵਿਦਵਾਨਾਂ ਨੇ ਮਹਾਂਪੁਰਖਾਂ ਨੇ ਭਾਈ ਜੋ ਅਰਥ ਕੀਤੇ ਟਕਸਾਲ ਦਾ ਲਾ ਲਵੋ ਹੋਰ ਮਹਾਂਪੁਰਖਾਂ ਦਾ ਲਾ ਲਵੋ ਉਹੋ ਹੀ ਉਹਨਾਂ ਦੇ ਜੱਦੀ ਪੁਸ਼ਤੀ ਤੁਰੇ ਆ ਰਹੇ ਗੁਰਬਾਣੀ ਨਹੀਂ ਬਦਲਦੀ ਗੁਰਬਾਣੀ ਦਾ ਅਰਥ ਨਹੀਂ ਬਦਲਦਾ ਗੁਰਬਾਣੀ ਦੇ ਮੁਤਾਬਕ ਆਪਣੇ ਮਨ ਨੂੰ ਆਪਾਂ ਬਦਲਣਾ ਆਪਣੇ ਸੁਭਾਅ ਨੂੰ ਬਦਲਣਾ ਗੁਰੂ ਦੇ ਮੁਤਾਬਕ ਆਪਣੇ ਆਪ ਨੂੰ ਢਾਲਣਾ ਬੰਦਾ ਕਹਿੰਦਾ ਗੁਰੂ ਨੂੰ ਬਾਣੀ ਨੂੰ ਆਪਣੇ ਆਪ ਮੁਤਾਬਕ ਢਾਲ ਲਵੋ ਆਪਣੇ ਮੁਤਾਬਕ ਪੁਰਾਣੇ ਸਿੱਖ ਤੇ ਹੁਣ ਦੇ ਸਿੱਖ ਪੁਰਾਣੇ ਸਿੱਖ ਉਹ ਕਰਦੇ ਜੋ ਗੁਰੂ ਕਹਿੰਦਾ ਸੀ ਹੁਣ ਦੇ ਸਿੱਖ ਗੁਰੂ ਤੋਂ ਵੀ ਉਹ ਕਰਾਉਂਦੇ ਨੇ ਜੋ ਉਹਨਾਂ ਨੂੰ ਚੰਗਾ ਲੱਗਦਾ ਗੁਰੂ ਤੋਂ ਵੀ ਉਹ ਕਰਾਉਣਾ ਹੈ ਜਿਹੜਾ ਆਪਣੀ ਮੱਤ ਨੂੰ ਚੰਗਾ ਲੱਗਦਾ ਪੁਰਾਣੇ ਸਿੱਖ ਗੁਰੂ ਦੀ ਮੱਤ ਅਨੁਸਾਰ ਚੱਲਦੇ ਅੱਜ ਕੱਲ੍ਹ ਕਹਿੰਦੇ ਗੁਰੂ ਸਾਡੀ ਮੱਤ ਅਨੁਸਾਰ ਚੱਲੇ ਸਾਡੀ ਮੱਤ ਅਨੁਸਾਰ ਚੱਲੇ ਤੇ ਪੁਰਾਣੇ ਸਮੇਂ ਦੇ ਵਿੱਚ ਇੰਨਾ ਜਬਰ ਜ਼ੁਲਮ ਸਹਿੰਦੇ ਹੋਏ ਵੀ ਚੜ੍ਹਦੀ ਕਲਾ ਵਿੱਚ ਸਨ ਬਿਰਤੀ ਅਡਿੱਗ ਪਰਪੱਕ ਅਡੋਲ ਦੁੱਖ ਝੱਲੇ ਤਸੀਹੇ ਸਹੇ ਅੱਜ ਸਾਰਾ ਕੁਛ ਹੁੰਦਿਆਂ ਸੁਣਦਿਆਂ ਵੀ ਬੰਦਾ ਡੋਲਦਾ ਕਿਉਂ ਡੋਲਦਾ ਹੈ ਜਿਹੜਾ ਮਾਨ ਡੋਲਦਾ ਉਹ ਹੁੰਦਾ ਜਿਹੜਾ ਮਾਨਸਿਕ ਤੌਰ ਤੇ ਕਮਜ਼ੋਰ ਹੁੰਦਾ ਇਨਸਾਨ ਉਹ ਡੋਲਦਾ ਹੁੰਦਾ ਜਿਹਦੀ ਬਿਰਤੀ ਪਰਪੱਕ ਹੁੰਦੀ ਹੈ ਉਹਨੂੰ ਭਾਈ ਕਦੇ ਡੋਲਣ ਦੀ ਲੋੜ ਨਹੀਂ ਪੈਂਦੀ ਜਿਹਦੇ ਮਨ ਅੰਦਰ ਭਰਮ ਹੈ ਉਹ ਡੋਲੇਗਾ ਮੈਂ ਨੀ ਗੁਰੂ ਕੀ ਬਾਣੀ ਕਹਿੰਦੀ ਹੈ ਡੀਕਣ ਡੋਲਣ ਤੋ ਲਓ ਜੋ ਮਣ ਕੇ ਭਰਮ
मन दे अंदर भरम है, मन दे अंदर निश्चा नहीं, यकीन नहीं। भरम एक वहम, भरमा जादू टोना, तवीत धागे, ये पखंड धर्म आ जांदा। इन्हां नूं पखंड इक भरम, भरम दी व्याख्या भगत रविदास जी कहिंदे, क्या कही है माधवे, क्या कही है भरम ऐसा। कहिंदे भरम किन्नू कहिंदे ने, कहिंदे जैसा मानिया होए ना तैसा। कहिंदे जिहो जिहा विखाई दिंदा ना, विखाई चीज पदार्थ कोई विखाई दे रहा ओहो जिहा नहीं हुंदा। भरम इह है वी किसी असलीयत नूं छुपा के, सच नूं छुपा के झूठ सामने पेश कर दिंदा। फिर कहिंदे एडी सौखी समझ नहीं आउणी। उहनां ने फिर उदाहरण दित्ती है, राज भयंग प्रसंग जैसे है, आप किश मरम जनाया। राज कहिंदे ने रस्सी नूं, भयंग कहिंदे ने सप्प नूं। कहिंदे बंदा घरों निकल लग्या ते मूहरे रस्सी पई, भुलेखा पै गया वी सप्प, इह है भरम। भुलेखा पै गया वी अगे सप्प है, बस उस भुलेखे नूं, भरम नूं बंदे ने सच मन लिया। डरदा बार बूहों पैर नहीं पाउंदा कि सप्प डंग ना मार दे। सारी रात लंघ गई, रस्सी नूं सप्प समझदा रहा, ते जदों दिन चढ़िया, दिन सवेर होई, फिर पता लग्या कि इह तां रस्सी नहीं, इह सप्प नहीं, इह तां रस्सी सी। मैं तां एवें डरदा रहा दस घंटे, दस घंटे तां भरम पा दित्ता ना, दस घंटे तां रस्सी नूं सप्प समझ लिया। राज भयंग प्रसंग जैसे है, इह है भरम, आप किश मरम जनाया। ऐदां भगत रविदास जी दसदे, कहिंदे भरम दा नाश किवें होवेगा गुर प्रसाद, भरम का नाश गुरु दी कृपा दे नाल, भरम चुकिया जांदा। डीगन डोलन तौ लो जो मन के भरमा, भरम काटे गुर अपने, भरम काटे गुर अपने पाए विश्रामा। सतगुरु ने भरम कट दिते ते अंदर विश्राम दी अवस्था बन गई, मन टिक गया हुण नहीं डोलदा। भरम कट दिते, भरमा वालियां जंजीरां महाराज ने वढ़ दित्तियां, कट दित्तियां। विश्राम, विश्राम दी अवस्था च मन हुण टका दी अवस्था विच चलिया गया, टका दी। हुण डोलना, हुण डिगना भुल गया। हुण कहिंदे असीं गल करदे सी ना 10 साल पहलां सुणिया, 15 पहलां, इह तां उही कुछ है जो पहलां सी। उह नवां नवां कित्थों लिया के सुनाईए, नवां नवां कित्थों लियाईए। ओही गुरु की बाणी है, ओही गुरु दीआं विचारां ने, ओही गुरु का इतिहास है, ओही गुर का इतिहास है, ओही गुर कीआं विचारां ने। इह कम धमदारी दा हुंदा है, वी चार दिन बांदर लै के आ गया, हुण जुड़नों हट के विच चुक लिया, हुण नहीं आउंदे, हुण गल च सप्प पा लिया। इह कम धमदारियां दे, जिहड़ा प्रचार गुरु की बाणी दा, उह तां भाई सदा इको ही रहे। संत मस्तूआं ने वाले आख्या करदे, संगतां नूं धारना पढ़ाउंदे हो ऐदां, साहिब मेरा नीत नवां दी टेक लै के। कई कहिंदे कच्ची बाणी गाउंदे हो, इह तां बाणी होई नहीं, कच्ची क्यों आ गई, इह कहिड़ा बाणी, तां धारना है। केवल शब्दां दे अर्थां नूं गा देईदा, कोई बोल के अर्थ कर रहा है, कोई कवीशरी कर रहा है, कोई ढाडी वारां गा रहा है, उह कहिड़ा बाणी पढ़ रहे ने। वो भी कविता एक ढाडी ने रची है, एक विशर ने रची है, कथा कर रहे हैं, किन्ने शब्द अपने को लग रहे हैं उदे विच। ये पूरी पक्की बाणी, वो तां गुरबाणी दा कीर्तन, गुरबाणी दा अखंड पाठ साहिब। बाकी तो जिन्ना भी फिर तू प्रचार करांगे उदे विच अपने शब्द तो लगते ही जांदे। ये कच्ची बाणी है, तो बाणी है ही नहीं, कच्ची कहन दी लोड़ ही नहीं, वो तो केवल गुरबाणी दे अर्थ इतिहास नूं गा के बस सुना दिता जांदा है।